ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬੰਦ ਗੋਭੀ ਬਣਾਉਣ ਲੱਗੀ ਹਾਂ। ਮੈਂ ਬੰਦ ਗੋਭੀ ਨੂੰ ਹੁਣ ਕੱਟੂਗੀ। ਇਹਦੇ ਵਿੱਚ ਆਪਾਂ 2 ਪਿਆਜ਼ ਪਾਵਾਂਗੇ, 1 ਟਮਾਟਰ, ਅਦਰਕ, ਹਰੀ ਮਿਰਚ। ਅਤੇ ਹੁਣ ਮੈਂ ਇਹਨਾਂ ਨੂੰ ਕੱਟਦੀ ਹਾਂ, ਫਿਰ ਆਪਾਂ ਤੜਕਾ ਲਾਉਣੇ। ਥੋੜ੍ਹੇ ਦਲਵੇਂ ਛੋਲੇ ਵੀ ਪਾਵਾਂਗੇ। ਬੰਦ ਗੋਭੀ ਹੁਣ ਮੈਂ ਕੱਟ ਕੇ ਇਹਨੂੰ ਮੈਂ ਗਰਮ ਪਾਣੀ ਵਿੱਚ ਲੂਣ ਪਾ ਕੇ ਨਾ ਫਿਰ ਇਹਨੂੰ ਮੈਂ ਵਿੱਚ ਭਿੰਨਤਾ ਆ। ਅੱਧਾ ਘੰਟਾ ਹੋ ਗਿਆ ਇਹਨੂੰ ਭਿੰਨਤੀ ਨੂੰ। ਦਲਵੇਂ ਛੋਲੇ ਆ ਇਹਨਾਂ ਨੂੰ ਮੈਂ ਸਵੇਰੇ ਭਿੰਨਤਾ ਸੀਗਾ ਅਤੇ ਹੁਣ ਮੈਂ ਇਹਨਾਂ ਨੂੰ ਉਬਾਲਿਆ ਆ, ਕਿਉਂਕਿ ਉੱਦਾਂ ਟਾਈਮ ਲੱਗਣਾ ਇਹਨਾਂ ਨੂੰ ਬਣਨ ਲਈ। ਉਬਾਲ ਲਿਆ ਆ, ਇਹਦੇ ਵਿੱਚ ਆਪਾਂ ਅਦਰਕ ਪਾਉਣਾ ਕੱਟ ਲਿਆ, ਟਮਾਟਰ, ਮਿਰਚਾਂ, ਪਿਆਜ਼ ਕੱਟ ਲਿਆ। ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ। ਕੜਾਹੀ ਆਪਣੀ ਗਰਮ ਹੋ ਗਈ ਆ, ਹੁਣ ਆਪਾਂ ਇਹਦੇ ਵਿੱਚ ਤੇਲ ਪਾਉਂਦੇ ਹਾਂ, ਆਇਲ ਪਾਉਂਦੇ ਹਾਂ। ਆਪਣਾ ਗਰਮ ਹੋ ਜਾਵੇ, ਤੇਲ ਆਪਣਾ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਰਾਈ ਪਾਵਾਂਗੇ, ਥੋੜ੍ਹਾ ਕੜੀ ਪੱਤਾ, ਜੀਰਾ, ਰਾਈ ਦੇ ਦਾਣੇ, ਕੜੀ ਪੱਤਾ, ਜੀਰਾ ਹੋਣਾ ਹੈ ਫਰਾਈ ਹੋ ਗਿਆ। ਅਦਰਕ ਪਾ ਦਿੰਦੇ ਆਪਾਂ ਪਿਆਜ਼ ਪਾ ਦਿੰਦੇ ਹਾਂ। ਪਿਆਜ਼ ਆਪਣੇ ਭੁੱਜ ਗਏ, ਹੁਣ ਆਪਾਂ ਟਮਾਟਰ ਪਾ ਦਿੰਦੇ ਹਾਂ। ਕਿਉਂਕਿ ਲੂਣ ਹਿਸਾਬ ਦੇ ਨਾਲ ਪਾਉਣਾ ਆ, ਬਸ ਜੇ ਘੱਟ ਹੋਊਗਾ ਤਾਂ ਬਾਅਦ 'ਚ ਪਾ ਸਕਦੇ ਹਾਂ, ਕਿਉਂਕਿ ਆਪਾਂ ਛੋਲੇ ਵਾਲੇ ਆ ਜਿਹੜੇ ਦਲਵੇਂ ਉਹਨਾਂ ਦੇ ਵਿੱਚ ਵੀ ਲੂਣ ਪਾਇਆ। ਗੋਭੀ, ਬੰਦ ਗੋਭੀ ਜਿਹੜੀ ਕੱਟੀ ਗਰਮ ਪਾਣੀ 'ਚ ਪਾਈ ਉਸ 'ਚ ਵੀ, ਹੁਣ ਆਪਾਂ ਆਪਣੇ ਹਿਸਾਬ ਨਾਲ ਥੋੜ੍ਹਾ ਹੀ ਪਾਉਣਾ ਉਹਨਾਂ ਨੂੰ। ਤਾਂ ਹੁਣ ਆਪਾਂ ਫਰਾਈ ਕਰਦੇ ਹਾਂ। ਪਿਆਜ਼ ਟਮਾਟਰ ਆਪਣੇ ਭੁੱਜ ਗਏ ਆ, ਹੁਣ ਆਪਾਂ ਇਹਨਾਂ ਵਿੱਚ ਚਨੇ ਪਾ ਦਿੰਦੇ ਹਾਂ, ਦਲਵੇਂ ਛੋਲੇ ਦੀ ਦਾਲ ਪਾ ਦਿੰਦੇ ਹਾਂ। ਫਰਾਈ ਕਰਦੇ ਹਾਂ 2 ਮਿੰਟ, ਫਿਰ ਆਪਾਂ ਮਿਕਸੀ ਮਸਾਲੇ ਪਾਉਂਦੇ ਹਾਂ। ਜੇ ਆਪਾਂ ਦਲਵੇਂ ਛੋਲੇ ਇਹਨਾਂ ਨੂੰ ਆਪਾਂ ਭੇੜ ਕੇ ਹੀ ਇਸ ਤਰ੍ਹਾਂ ਬਣਾਉਂਦੇ ਹਾਂ ਫਿਰ ਬਹੁਤ ਟਾਈਮ ਲੱਗ ਜਾਂਦਾ ਸਬਜ਼ੀ ਬਣਾਉਣ ਨੂੰ। ਜੇ ਇਹਨਾਂ ਨੂੰ ਉਬਾਲ ਲਓ ਤਾਂ ਫਿਰ ਜਲਦੀ ਬਣ ਜਾਂਦੀ ਸਬਜ਼ੀ, ਕਿਉਂਕਿ ਇਹਨਾਂ ਦੇ ਵਿੱਚ ਆਪਾਂ ਪਾਣੀ ਵਗੈਰਾ ਤਾਂ ਪਾਉਣਾ ਨਹੀਂ ਹੁੰਦਾ, ਕਿੰਨਾ ਕੁ ਬੰਦ ਗੋਭੀ ਹੁੰਦਾ ਆਪਾਂ ਉਹਦੇ ਲਈ ਬਣ ਜਾਂਦੀ ਸਬਜ਼ੀ। ਇਹਦੇ ਵਿੱਚ ਹਲਦੀ ਪਾ ਦਿੰਦੇ ਹਾਂ, ਥੋੜ੍ਹੀ ਕਾਲੀ ਮਿਰਚ ਪਾ ਲਵਾਂਗੇ, ਥੋੜ੍ਹੀ ਜਿਹੀ ਲਾਲ ਮਿਰਚ ਪਾ ਦਿੰਦੇ ਹਾਂ, ਥੋੜ੍ਹਾ ਜਿਹਾ ਗਰਮ ਮਸਾਲਾ,
चाहो तो थोड़ा जहां चून वगैरह पा सकते हैं, असी फिर नहीं पावे। चाट मसाला खा लो, हम अपना बंद गोभी खा देने। देखने बहुत ज्यादा लगती है घर बन के, थोड़ी जी हो जाएगी। गैस आप सेंड कर लेंगे, थोड़ा जहा फ्राई होना तो थोड़ा ही हो जाए। गैस सिम करती है, ये आप पानी वगैरह भी नहीं पाना है कुछ भी, क्योंकि गोभी के पानी काफी होंगे ना, ये ही इन्हें बन देना। हम इन आप ढक देना है, दो चार मिनट बाद आप चेक करते हैं। हम आप माड़ा जहा कट देखते हैं, थोड़ा जहा इना क लेमन जूस पावे नींबू का जूस कड़ के। हौली हौली गली जाऊगी, गैस सैम की हुई है। आप सब्जी चेक करते हैं, सब्जी अपनी बन गई है। सब्जी अपनी बन के तैयार है, हुण आपां बह के रोटी खाने आ। तुहानूं मेरी वीडियो वधिया लगदी है तां इहनूं लाइक करो, शेयर करो, सबसक्राइब करो और कॉमेंट भी जरूर करिया करो।